ਜ਼ਿਲ੍ਹਾ ਪਠਾਨਕੋਟ ਦੇ ਵਿੱਚ ਟਾਇਰਾਂ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਗੋਦਾਮ ਵਿੱਚ ਪਏ ਟਾਇਰ ਸੜ ਕੇ ਸੁਭਾਅ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਦੇ ਸੈਲੀ ਰੋਡ ਉੱਪਰ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋਂ ਇੱਕ ਟਾਇਰਾਂ ਵਾਲੇ ਗੋਦਾਮ ਦੇ ਉੱਪਰ ਅੱਗ ਲੱਗ ਗਈ ਜਿਸ ਨੂੰ ਵੇਖਦੇ ਹੋਏ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਅੱਗ ਇੰਨੀ ਭਿਆਨਕ ਸੀ ਕਿ ਦੋ ਗੱਡੀਆਂ ਫਾਇਰ ਬ੍ਰਿਗੇਡ ਤੋਂ ਹੋਰ ਬੁਲਾਈਆਂ ਗਈਆਂ। ਕਾਫੀ ਮੁਸ਼ਕਲ ਤੋਂ ਬਾਅਦ ਇਸ ਅੱਗ ਉੱਪਰ ਕਾਬੂ ਪਾਇਆ ਗਿਆ। ਫਿਲਹਾਲ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਖੁਸ਼ਕਿਸਮਤੀ ਨਾਲ ਇਸ ਘਟਨਾ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉੱਥੇ ਹੀ ਇਸ ਬਾਰੇ ਪੱਤਰਕਾਰਾਂ ਨੇ ਦਮਕਲ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸੈਲੀ ਰੋਡ 'ਤੇ ਟਾਇਰਾਂ ਦੀ ਦੁਕਾਨ 'ਤੇ ਅੱਗ ਲੱਗ ਗਈ ਹੈ ਜਿਸ ਦੇ ਚੱਲਦੇ ਮੌਕੇ 'ਤੇ ਪੁੱਜ ਕੇ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ। ਇਹ ਗੋਦਾਮ ਹੈ ਟਾਇਰਾਂ ਦਾ, ਬਲਜੀਤ ਸਿੰਘ ਜੀ ਦੇ ਨਾਂ 'ਤੇ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਵੀ ਉੱਥੇ ਅੱਗ ਲੱਗ ਗਈ ਹੈ ਬਹੁਤ ਤਕੜੀ। ਅਸੀਂ ਮੌਕੇ 'ਤੇ ਦੋ ਗੱਡੀਆਂ ਅੱਗ ਬੁਝਾਉਣ ਵਾਸਤੇ ਭੇਜੀਆਂ, ਲੇਕਿਨ ਆ ਕੇ ਦੇਖਿਆ ਅੱਗ ਜ਼ਿਆਦਾ ਸੀਗੀ। ਅਸੀਂ ਫਿਰ ਤੀਸਰੀ ਗੱਡੀ ਵੀ ਮੰਗਾਈ, ਫਿਰ ਚੌਥੀ ਮੰਗਾਈ, ਇੱਕ ਗੱਡੀ ਹੋਰ ਆ ਰਹੀ ਹੈ ਸਾਡੀ, ਲੇਕਿਨ JCB ਬੁਲਾ ਕੇ ਅਸੀਂ ਉੱਪਰੋਂ ਤੁੜਵਾ ਤਾ ਅਤੇ ਹੁਣ ਅੱਗ ਕੰਟਰੋਲ 'ਚ, ਸਿਰਫ ਧੂੰਆਂ ਰਹਿ ਗਿਆ। ਬਾਕੀ ਮੈਂ ਮੌਕਾ ਦੇਖ ਕੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਇਹ ਨਹੀਂ ਕਹਿ ਸਕਦੇ, ਨੁਕਸਾਨ ਬਾਰੇ ਨਹੀਂ ਕਹਿ ਸਕਦੇ ਕਿਉਂਕਿ ਅੰਦਰ ਕੀ ਪਿਆ ਸੀ, ਹੁਣ ਗੋਦਾਮ ਦੇ ਸਿਰਫ ਟਾਇਰ ਸੀਗੇ। ਪਠਾਨਕੋਟ ਤੋਂ PBC ਨਿਊਜ਼ ਲਈ ਸ਼ਮੀ ਸਨੋਤਰਾ ਦੀ ਰਿਪੋਰਟ।